थोड़ी बैगी गड्डी चाहते हैं तो चलो हवाड़ी कर दे आप। सत श्री अकाल जी सारे नूं, एक बार फिर लैके आए नवी वीडियो तो वेलकम टू डैड दे ऑल गुड डे चैनल पर। तो अज असी वीडियो उत्ते बना रहे जी असी गड्डी लैती सी तो वो थोड़ा फ्यूचर क्या सी आप अगली वीडियो फ्यूचर दिखावे। सो आप फ्यूचर दिखाने इस बार तो पहले फ्यूचर शुरू करते हैं कि गड्डी की सस्पेंशन अप एंड डाउन होंगी हरेक गलत रेंज रोवर नॉर्मल गल आ पर थोड़ू यदि करके दिखाने। आप प्लेट लैती सी जी अद्दे ऑल तो उम्मीद है थोड़ू बहरों देख सकते हो गड्डी इतने थोड़ी शैडो पैंदी है उपर दरख्त रहे ना देख करके ये 22 इंची अलॉय ने थोड़ी गंदी हुई तो हो रही है ना गंदी। थोड़ा थोड़ू राइट साइड वाला इंडीकेटर जी तुम लाइटा देख सकते हो लाइटा कि जोड़े नवे मॉडल चाहिए तो इंडीकेटर तुम देख सकते हो इंडीकेटर चल रहा इधर लैफ्ट इंडीकेटर चल रहा। ये चीज़ मैं बहुत सोहनी लगती है कि जो एग्जॉस्ट आ पहला नालों वो भी होर तरह के ने पहला होर तरह ए सी हूँ होर तरह के जी टेल यदि नवी आई है ये बाकी थोड़ी होर चेंजेस ने फ्रंट लाइट दिखाना फोटो ये फ्रंट लाइट आए तो हूँ आप अंदर दिखाने एक ये होर आ जे अपग्रेड करवानी हो ना तो मैरिडियन के स्पीकर आते हैं वैसे नॉर्मल च मैनू नहीं लगता भी आने वाले अपग्रेड करवाने पैदे ज यह है जी अंदरों की स्क्रीन सैड वाले शीशे आह सारे टच ने जो आप बंद कराने बोझे लाइट चली जाती है सामने शायद थोड़ू देख रहे हो जीरो लिखा बुड़ी हाँ जीरो तो 50 लिखा ना ये मतलब ये दिखाती है कि कितनी स्पीड आ ते जे थोड़ी लाइट असिस्टेंस आ लाइट असिस्टेंस ली ते ये दसदी है भी थोड़ी गड्डी इधर उधर ना जाए ते स्क्रीन आ फुल स्क्रीन है जी इहदी ते इधर आ एक होर स्क्रीन आ ते थल्ले आ क्लाइमेट स्क्रीन आ तुसी इहदा बड़ा कहते भी इहदे पैसे लवाते वो भी दिखा देते हैं इदा हो जाती है जो घट करोगे तो इदा हो जाती है स्क्रीन काली कर दी है सारी हूँ काली हो जाती है ये डे एंड नाइट वाली होंगी है भी दिन थोड़ू
ਚੰਗਾ ਲੱਗਦਾ ਤੁਸੀਂ ਆਹ ਰੱਖ ਸਕਦੇ ਹੋ। ਇਹ ਡਿਪੈਂਡ ਕਰਦਾ ਅਤੇ ਆਹ ਕਲਾਈਮੇਟ ਆ, ਇੱਧਰ ਕਰੋਗੇ ਹਾਈ ਹੋ ਜਾਣਾ, ਇੱਧਰ ਹੋ ਜਾਣਗੇ ਲੋ ਹੋ ਜਾਣਾ, ਇੱਧਰ ਹੋ ਜਾਵੇਗੀ ਹਾਈ, ਇਹੀ ਆ। ਅਤੇ ਬਾਕੀ ਆਹ ਦੀ ਅਪ ਐਂਡ ਡਾਊਨ ਕਰਦੀ ਆ, ਜੇ ਆਪਾਂ ਲੋਅ ਰੱਖ ਕੇ ਚਲਾਉਣੀ ਆ ਤਾਂ ਪੂਰੀ ਆਪਾਂ ਲੋਅ ਰੱਖ ਕੇ ਚਲਾ ਸਕਦੇ ਹਾਂ, ਹਾਈ ਕਰਦੀ ਆ ਚਾਹੇ ਤੋਂ ਹਾਈ ਕਰੋ ਜਿਹੜੇ ਉੱਪਰ ਚੱਲ ਜਾਣਾ, ਥੋੜ੍ਹਾ ਦੱਬ ਕੇ ਰੱਖਣਾ ਕਿਉਂਕਿ ਲੋਕ ਲੱਗ ਗਿਆ ਸੀ ਨਾ ਤਾਂ ਸਾਰੀ ਗੱਡੀ ਉੱਪਰ ਹੋ ਰਹੀ ਆ। ਪਹਿਲਾਂ ਉੱਪਰ ਹੁੰਦੀ ਹੈ ਫਿਰ ਥੱਲੇ ਆਉਂਦੀ ਹੈ। ਅਤੇ ਇਹ ਸਕਰੀਨ 'ਚ ਬਹੁਤ ਫੰਕਸ਼ਨ ਹੈ, ਤੁਸੀਂ ਸਕਰੀਨ ਮਤਲਬ ਟੂ ਡਾਇਲ ਕਰਨੀ ਆ, ਟੂ ਡਾਇਲ ਕਰ ਸਕਦਾ, ਹੁਣ ਫੁੱਲ ਮੈਪ ਕਰਦੀ ਆ, ਜਿਵੇਂ ਮੈਂ ਫੁੱਲ ਮੈਪ ਕਰ ਸਕਦਾ ਸਾਰੇ 'ਤੇ ਮੈਪ ਆ ਗਿਆ, ਸਾਰੀ 'ਤੇ ਮੈਪ ਆ ਗਿਆ। ਹੁਣ ਜੇ ਮੈਂ ਛੋੜਾ ਵੀ ਇਕੱਲਾ ਮੀਡੀਆ ਆਵੇ ਅਤੇ ਹੁਣ ਇਕੱਲਾ ਮੀਡੀਆ ਆ ਗਿਆ, ਜਿਵੇਂ ਗਾਣਾ ਚੱਲ ਰਿਹਾ ਸੀ ਹੁਣ ਤੁਸੀਂ ਲਾ ਲਓ ਬਰਥਡੇ ਗਿਫਟ ਸ਼ਹਿਰੀ ਬਾਬ ਦਾ, ਅਤੇ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਸਪੀਕਰ ਬਣਿਆ ਜਾਂਦਾ, ਅਤੇ ਇੱਧਰ ਬਸ ਸਪੀਡ, ਅਤੇ ਥੱਲੇ ਜਿੰਨੇ ਕਿਲੋਮੀਟਰ ਗੱਡੀ ਚੱਲੀ ਹੈ, 10 ਗੱਡੀਆਂ 'ਚੋਂ 4, 5, 7 ਹੀ ਚੱਲੀ ਹੈ। ਅਤੇ ਫਿਰ ਆਉਂਦੀ ਹੈ ਜੀ, ਹੋ ਗਿਆ ਸੀ ਫੁੱਲ ਮੈਪ, ਹੋ ਗਿਆ ਸੀ ਟੂ ਡਾਇਲ 'ਤੇ ਕਰਦਾ ਹੁਣ ਆਪਾਂ, ਜਿਵੇਂ ਟੂ ਡਾਇਲ ਹੋ ਜਾਂਦਾ ਹੈ ਵਿਚਾਲੇ ਆ ਜਾਂਦੀ ਹੈ। ਅਤੇ ਇੱਕ ਇਹਦਾ ਆਹ ਹੈਗਾ ਇਹਨੂੰ ਉਹ ਕਹਿੰਦੇ ਆ ਕੀ ਕਹਿੰਦੇ ਆ ਇਹਨੂੰ ਕਰੂਜ਼ ਕੰਟਰੋਲ, ਕਰੂਜ਼ ਕੰਟਰੋਲ 'ਚ ਇੱਦਾਂ ਹੁੰਦਾ ਇਹਦੇ ਵੀ ਜਿਵੇਂ ਆਪਣੇ ਸਾਹਮਣੇ ਗੱਡੀ ਜਾ ਰਹੀ ਹੈ ਨਾ, ਅਤੇ ਉਹ ਤੋਂ ਡਿਸਟੈਂਸ ਰੱਖ ਕੇ ਤੁਸੀਂ ਚਲਾਉਣੀ ਆ, ਅਤੇ ਤੁਸੀਂ ਕਰੂਜ਼ 'ਤੇ ਡਿਸਟੈਂਸ ਰੱਖ ਲਓ, ਅਤੇ ਜੇ ਉਹ ਗੱਡੀ ਅੱਗੇ ਵਾਲੀ ਹੌਲੀ ਆ ਤਾਂ ਜਿਹੜੀ ਵੀ ਆਟੋਮੈਟਿਕਲੀ ਹੌਲੀ ਹੋ ਜਾਣਾ, ਬਹੁਤ ਸੈਂਸਰ ਲੱਗੇ ਹੋਏ ਜਿਹੜੇ, ਤਾਂ ਕਰਕੇ ਵਧੀਆ ਲੱਗਦੀ ਆ ਗੱਡੀ ਆਪਾਂ ਨੂੰ। ਅਤੇ ਬਾਕੀ ਖੁੱਲ੍ਹੀ ਬਹੁਤ ਆ, ਤੁਹਾਨੂੰ ਮੈਂ ਪਿੱਛੇ ਬੈਠ ਕੇ ਦਿਖਾਉਣਾ, ਤੁਸੀਂ ਮੇਰੀ ਲੈਗ ਰੂਪ ਦੇਖ ਸਕਦੇ ਹੋ, ਬਹੁਤ ਇੱਥੇ ਵੀ ਕੰਫਰਟੇਬਲ ਹੈ ਨਾ, ਤੁਹਾਨੂੰ ਮੈਂ ਪਿਛਲੀ ਸੀਟ 'ਤੇ ਵੀ ਬਹਿ ਕੇ ਦਿਖਾਉਣਾ। ਅਤੇ ਬਾਕੀ ਇਹਦੀ ਸਟੋਰੇਜ ਤੁਸੀਂ ਦੇਖ ਸਕਦੇ ਹੋ, ਇੱਕ ਆਹ ਸਟੋਰੇਜ ਆ, ਇੱਕ ਇਹਦੇ ਥੱਲੇ ਸਟੋਰੇਜ ਆ, ਇਹਨੂੰ ਕੀਤਾ ਇਹਨੂੰ ਕੀਤਾ, ਅਤੇ ਇੱਕ ਇਹਨੂੰ ਖੋਲ੍ਹਦੇ ਹੋ ਅਤੇ ਇਹਦੇ ਤੁਹਾਨੂੰ ਮਿਲਦੇ ਆ USB, ਕਿਉਂਕਿ ਅਸੀਂ ਸਿਮ ਵੀ ਪਾਇਆ ਵਾ, ਮਾਈਕਰੋ ਸਿਮ, ਜਿਵੇਂ ਆਪਾਂ ਇੰਟਰਨੈਟ ਵਗੈਰਾ ਚਲਾਉਣਾ ਗਾ, ਵੈਬ ਬਰਾਊਜ਼ਰ ਕੀਤਾ ਤੁਸੀਂ, ਵੈਬ ਬਰਾਊਜ਼ਰ 'ਤੇ ਆਪਾਂ ਯੂਟਿਊਬ ਭਰੀ, ਯੂਟਿਊਬ ਭਰ ਲਓ, ਕੁਛ ਵੀ ਭਰ ਲਓ, ਹੈ ਨਾ, ਉਹ ਵੀ ਆਪਣਾ ਨੈੱਟ ਚੱਲਦਾ, ਉਹ ਯੂਟਿਊਬ ਖੁੱਲ੍ਹੇ ਜਿਹੜੀ ਆ, ਤੁਸੀਂ ਕੋਈ ਵੀ ਆਪਦਾ ਗਾਣਾ ਸੁਣ ਸਕਦੇ ਹੋ, ਉਹ ਤੁਹਾਡੀ ਮਰਜ਼ੀ ਆ। ਇਹ 'ਚ ਮੇਲ ਮੂਲ ਭਰਦੀ ਬੜੀ ਆ, ਸੋ ਮੇਲ ਮੂਲ ਭਰ ਕੇ ਆਪਦਾ ਤੁਸੀਂ ਖੋਲ੍ਹ ਸਕਦੇ ਹੋ। ਅਤੇ ਹੁਣ ਇਹ 'ਚ ਏਅਰਪਲੇ ਆ, ਹੈ ਨਾ, ਕੰਟੈਕਟ ਲਾਈਵ ਲੂਈਵ, ਜਿਵੇਂ ਸੀਰੀ ਚੱਲਦੀ ਆ, ਐਂਡਰੋਇਡ ਦਾ ਆਟੋ, ਈਕੋ ਡਾਟਾ, ਈਕੋ ਡਾਟਾ 'ਚ ਹੁੰਦਾ ਵੀ ਤੁਹਾਡਾ ਸਾਰਾ ਕੁਛ ਵੀ ਕਿਵੇਂ ਕਿੰਨੀ ਲੇਵਲ ਚੱਲਦੀ ਆ, ਹਿਸਟਰੀ ਆ, ਹੈ ਨਾ, ਜਿਵੇਂ ਹੁਣ ਕਿੰਨੇ ਕਿਵੇਂ ਚੱਲੀ ਆ, ਹੈ ਨਾ, ਸਭ ਕੁਛ, ਕਿੰਨਾ ਕਦੋਂ ਤੇਲ ਜ਼ਿਆਦਾ ਕਰਦਾ, ਕਦੋਂ ਤੇਲ ਘੱਟ ਕਰਦਾ। ਅਤੇ ਇਹਦੂ ਬਾਅਦ ਬਲਿਊਟੂਥ 4x4 ਕਰਦੀ ਆ, ਤੁਹਾਡੀ ਉਹ ਮਰਜ਼ੀ ਆ, 4x4 ਇਹ 'ਚ ਕੁਛ ਜਿਹਾ ਪੁੱਛੂਗਾ, ਵੱਡੇ ਸਟੈਂਡ ਦਾ ਲੋ, ਇਹ 'ਚ ਆਹ ਮੋੜ ਆ ਜਾਂਦੇ ਆ, ਵਹੀਕਲ ਡਿਵੈਸ਼ਨ ਤੁਹਾਨੂੰ ਨਹੀਂ ਪਤਾ ਤੁਹਾਡੀ ਕਿੰਨੀ ਹਾਈਟ ਆ ਵਹੀਕਲ ਦੀ, ਚੈੱਕ ਕਰ ਸਕਦੇ ਹੋ ਵੀ ਇੰਨੀ ਹਾਈਟ ਆ, ਇੰਨੀ ਉਹ ਆ, ਠੀਕ ਹੈ ਜੀ। ਅਤੇ ਆਹ ਪਹਿਲਾ ਪੇਜ ਆ ਇਹਦਾ, ਜਦੋਂ ਇਹਨੂੰ ਫੋਲਡ ਕਰੋਗੇ ਦੂਜਾ ਪੇਜ ਆ ਜਾਂਦਾ, ਆਈ ਚੱਲੀ ਜਾਂਦੇ ਆ। ਇਹਦੇ ਵਿੱਚ ਕੈਮਰੇ ਤੁਹਾਨੂੰ ਦਿਖਾਉਣਾ, ਹੁਣ ਕੈਮਰੇ 'ਚ ਮੈਂ ਆਪਣੀ ਗੱਡੀ ਆਹ ਖੜੀ ਆ, ਹੈ ਨਾ ਜੀ, ਅਤੇ ਟਾਇਰ ਇੱਧਰ ਨੂੰ ਆਵੇ ਤੁਹਾਨੂੰ ਮਿਲਾਂ ਦਾ ਟਾਇਰ ਵੀ ਦਿਖ ਜਾਣਗੇ ਸ਼ਾਇਦ। ਅਤੇ ਇੱਕ ਇਹਨੂੰ ਕਹਿੰਦੇ ਆ 360 ਕੈਮਰਾ, ਹੁਣ ਆਹ ਕੈਮਰਾ ਆ ਕੇ ਵੀ ਜਿੱਥੇ ਹੁਣ ਇਹ ਲੈਫਟ ਵਾਲਾ ਸਾਈਡ ਦਿਖਾ ਰਹੀ ਆ ਅਤੇ ਇੱਧਰ ਰਾਈਟ ਵਾਲੀ ਸਾਈਡ ਦਿਖਾ ਰਹੀ ਆ, ਸਾਹਮਣੇ ਦਰਖਤ ਹੈ ਨਾ, ਦਰਖਤ ਆਹ ਸੀ, ਇਹਤੋਂ ਰਾਈਟ ਵਾਲਾ ਪਾਸਾ ਦਿਖਾ ਰਹੀ ਆ ਅਤੇ ਇੱਧਰ ਲੈਫਟ ਵਾਲਾ, ਅਤੇ ਆਪਣੀ ਗੱਡੀ ਆਹ ਖੜੀ ਆ, ਹੈ ਨਾ। ਅਤੇ ਇਹਦੂ ਬਾਅਦ ਜਿਹੜਾ ਦੂਜਾ ਕੈਮਰਾ, ਹੁਣ ਜਿਵੇਂ ਮੇਰੇ ਸਾਈਡ 'ਤੇ ਗਈ ਆ ਦੋਨਾਂ ਪਾਸੇ, ਹੈ ਨਾ, ਜਿਵੇਂ ਆਪਾਂ ਪਾਰਕਿੰਗ ਲਾਉਂਦੇ ਹਾਂ ਤਾਂ ਉਹ ਦੱਸਦੀ ਰਹਿੰਦੀ ਆ ਵੀ ਸਾਈਡ 'ਤੇ ਕੀ ਆ, ਹੈ ਨਾ, ਅਤੇ ਉਹ ਆ। ਅਤੇ ਇਹਦੂ ਬਾਅਦ ਅਗਲਾ ਕੈਮਰਾ ਹੈਗਾ ਪਿੱਛੇ ਵਾਲਾ, ਹੈ ਨਾ, ਪਿੱਛੇ ਵਾਲੇ ਦੀ ਸਾਈਡ 'ਤੇ, ਦੋਨੇ ਪਾਸੇ ਸਾਈਡ 'ਤੇ ਦੱਸਣਗੇ,
ਵਿਚਾਲੇ ਆ ਨਾ ਸਾਈਡ ਤੇ ਦੱਸੂਗਾ ਉਹਨੂੰ ਇਕੱਲਾ ਲਾਸਟ ਵਾਲਾ ਕੈਮਰਾ ਰਹਿ ਗਿਆ ਉਹ ਬੈਕ ਵਾਲਾ ਬੈਕ ਵਾਲੇ ਤੇ ਇਕੱਲਾ ਬੈਕ ਵਾਲਾ ਹੀ ਆਊਗਾ ਬੈਕ ਵਾਲਾ ਮਤਲਬ ਇੱਕ ਨਾਲ ਆ ਜਾਣਾ ਆਪਣੇ ਤੁਹਾਨੂੰ ਪਤਾ ਲੱਗਦਾ ਹੈ ਬਾਕੀ ਕਲਾਈਮੇਟ ਦਾ ਤੁਹਾਨੂੰ ਦੱਸ ਹੀ ਦਿੱਤਾ ਸੀ ਹੁਣ ਤੁਹਾਨੂੰ ਪਿਛਲੀਆਂ ਸੀਟਾਂ 'ਤੇ ਬਹਿ ਕੇ ਦਿਖਾਉਣਾ ਅਤੇ ਆਹ ਜਿਹੜੇ ਆਹ ਅਤੇ ਉਹ ਇਹਨਾਂ ਕੈਮਰਿਆਂ 'ਚ ਰਾਤ ਨੂੰ ਤੁਹਾਡੇ ਲਾਈਟ ਨਹੀਂ ਪੈਂਦੀ ਕਰ ਸਕਦੇ ਅਤੇ ਆਹ ਉਹਦੇ ਕੀ ਕਹਿੰਦੇ ਭਜਾਉਣ ਜੇ ਵਾਲੇ ਬਾਕੀ ਤੁਹਾਨੂੰ ਪਤਾ ਹੀ ਹੋਊ ਤਾਂ ਤੁਸੀਂ ਦੇਖ ਸਕਦੇ ਹੋ ਲੈਗ ਸਪੇਸ ਮੇਰੀ 6'4" ਹਾਈਟ ਹੈ ਹੈ ਨਾ ਤਾਂ ਡਿੱਗੀ ਚ ਸਪਾਟ ਜਿੱਦਾਂ ਮਰਜ਼ੀ ਰੱਖ ਸਕਦੇ ਹੋ ਤੁਸੀਂ ਸੀਟਾਂ ਫੋਲਡ ਕਰ ਸਕਦੇ ਹੋ ਅਤੇ ਇਹਦੇ ਥੱਲੇ ਟਾਇਰ ਆ ਜਿਹੜਾ ਟਾਇਰ ਆ ਉਹ ਵੀ 22 ਇੰਚੀ ਹੋਈ ਟਾਇਰ ਦਿੰਦੇ ਆ ਅੱਜ ਕੱਲ੍ਹ ਅਤੇ ਇਹਨੂੰ ਜੇ ਤੁਸੀਂ ਗੱਡੀ ਤੁਹਾਡਾ ਸਪਾਟ ਜ਼ਿਆਦਾ ਜਿਹੜਾ ਤੁਸੀਂ ਡੀ ਵੀ ਕਰਦੀ ਹੋਵੇ ਡਿੱਗੀ ਇਕੱਲੀ ਡੀ ਵੀ ਕਰ ਸਕਦੇ ਹੋ ਜਿੱਦੀ ਚਾਹੋ ਤੁਸੀਂ ਡੀ ਵੀ ਕਰ ਲਈ ਅਤੇ ਇਦੂ ਬਾਅਦ ਕੀ ਕਰ ਸਕਦੇ ਹੋ ਤੁਸੀਂ ਫੀਚਰ ਰਹਿ ਗਿਆ ਸੀ ਲਾਸਟ ਵਾਲਾ ਅਤੇ ਤੁਹਾਨੂੰ ਦਿਖਾਉਣੇ ਆ ਇੱਥੇ ਇਹਦੇ ਉਹ ਆ ਮਤਲਬ ਸਨਰੂਫ ਆ ਪਹਿਲਾਂ ਖੁੱਲ੍ਹਦੀ ਹੈ ਵਿੰਡੋ ਇਹ ਸੀ ਜੀ ਗੱਡੀ ਦਾ ਅੱਜ ਦਾ ਵਲੌਗ ਅਤੇ ਅਸੀਂ ਘੁੰਮਣ ਆਏ ਸੀ ਤੁਹਾਨੂੰ ਇਹਦੇ ਅੱਗੇ ਥੋੜ੍ਹੇ ਜਿਹੇ ਹੋਰ ਕਲਿੱਪਾਂ ਦਿਖਾਵਾਂਗੇ ਆਪਾਂ ਉਹਦੇ ਨਾਲ ਡਰੋਨ ਨਾਲ ਉਮੀਦ ਆ ਤੁਸੀਂ ਪਸੰਦ ਕਰੋਗੇ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦਾ Thank you.